ਬਠਿੰਡਾ ਪੁਲਿਸ ਨੇ ਮੌੜ ਮੰਡੀ 'ਚ ਅਮਰਜੋਤੀ ਸ਼ੈਲਰ ਦੇ ਚੌਂਕੀਦਾਰ ਦੇ ਹੋਏ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਮ੍ਰਿਤਕ ਬੂਟਾ ਰਾਮ ਦੀ ਲਾਸ਼ 8 ਜੁਲਾਈ 2017 ਨੂੰ ਅਮਰਜੋਤ ਸ਼ਹਿਰ ਦੇ ਇੱਕ ਗਟਰ 'ਚ ਮਿਲੀ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰਤੀ ਸੀ ਅਤੇ ਹੁਣ ਕਾਮਯਾਬੀ ਹਾਸਲ ਕਰ ਲਈ ਹੈ। ਬੂਟਾ ਰਾਮ ਦਾ ਕਤਲ ਉਸਦੇ ਸਾਥੀ ਉਦੈਵੀਰ ਸਿੰਘ ਉਰਫ ਪੱਪੂ ਨੇ ਕੀਤਾ ਸੀ, ਜੋ ਯੂਪੀ ਦਾ ਰਹਿਣ ਵਾਲਾ ਸੀ ਅਤੇ ਮਾਨਸਾ ਤੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬਠਿੰਡਾ ਤੋਂ ਹਰਪ੍ਰੀਤ ਸਿੰਘ ਦੀ ਰਿਪੋਰਟ। ਕਾ ਖਾਨ ਜਿਹੜਾ ਸੀਗਾ ਮੌੜ ਦੇ ਵਿੱਚ ਰਹਿਣ ਵਾਲਾ ਸੀ, ਇਹਦਾ ਕਤਲ ਹੋਇਆ ਸੀਗਾ। ਇਨੀਸ਼ੀਅਲੀ ਜਿਹੜਾ ਪਰਚਾ ਸੀਗਾ ਇਹ 346 IPC 'ਚ ਪਰਚਾ ਦਰਜ ਹੋਇਆ ਸੀ। ਫਿਰ ਅਮਰਜੋਤੀ ਸ਼ੈਲਰ ਦੇ ਵਿੱਚੋਂ ਇਹਦੀ ਲਾਸ਼ ਮਿਲੀ ਸੀ ਗਟਰ ਦੇ ਵਿੱਚ। ਫਿਰ ਅਸੀਂ 302-201 IPC ਦਾ ਵਾਧਾ ਕਰ ਦਿੱਤਾ ਸੀਗਾ। ਇਨੀਸ਼ੀਅਲੀ ਸਾਡੇ ਕੋਲ ਕਈ ਥਿਊਰੀ ਸੀਗੀਆਂ, ਲੇਬਰ ਵੀ ਕਤਲ ਕਰ ਸਕਦੀ ਹੈ, ਉੱਥੋਂ ਦੇ ਬੰਦੇ ਆਏ ਉਹਨਾਂ ਨੇ ਕਿਹਾ ਕਿ ਮਾਲਕ 'ਤੇ ਵੀ ਉਂਗਲੀ ਉਠਾਈ, ਪੁੱਛਤਾਛ ਹੋਈ, ਲੇਕਿਨ ਸਾਨੂੰ ਸਫਲਤਾ ਨਹੀਂ ਮਿਲੀ। ਇਸ ਤੋਂ ਬਾਅਦ SPD ਸਵਰਨ ਖੰਨਾ, DSPD ਪਲੱਸ CIA ਇੰਚਾਰਜ ਦੀ ਅਸੀਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ, ਜਿਹਦੇ ਵਿੱਚ ਕਿ ਕੱਲ੍ਹ ਸਾਨੂੰ ਸਫਲਤਾ ਮਿਲੀ, ਕਲੂ ਮਿਲਿਆ। ਉਹਦੇ ਵਿੱਚ ਉਦੈਵੀਰ ਸਿੰਘ ਉਰਫ ਪੱਪੂ, ਇਹ ਪਿੱਛੋਂ UP ਦਾ ਰਹਿਣ ਵਾਲਾ, ਇਹਨੂੰ ਨੋਮੀਨੇਟ ਕੀਤਾ ਅਤੇ ਅੱਜ ਸਵੇਰੇ ਮਾਨਸਾ ਕੈਂਚੀਆਂ 'ਤੇ ਉਹਨੂੰ ਫੜ ਲਿਆ। ਇਸ ਤੋਂ ਸਾਨੂੰ ਮ੍ਰਿਤਕ ਦਾ ਮੋਬਾਈਲ ਫੋਨ, ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ ਅਤੇ ਜਿਹੜਾ ਵੈਪਨ ਆਫ ਅਫੈਂਸ ਉਹ ਮਿਲਿਆ ਹੈਗਾ। ਵਜ੍ਹਾ ਰੰਜਿਸ਼ ਇਹ ਸੀਗੀ, ਇਹ ਜਿਹੜਾ ਉਦੈਵੀਰ ਹੈਗਾ ਇਹ ਪਿਛਲੇ 8 ਸਾਲ ਤੋਂ ਅਮਰਜੋਤੀ ਸ਼ੈਲਰ ਦੇ ਵਿੱਚ ਕੰਮ ਕਰ ਰਿਹਾ ਸੀਗਾ। ਇਹਨੇ ਵਿਸ਼ਨੂੰ ਦੇ ਘਰੇ, ਮਾਲਕ ਦੇ ਘਰੇ ਚੋਰੀ ਕੀਤੀ। ਬੂਟਾ ਖਾਨ ਨੇ ਉਸ, ਕਿਉਂਕਿ ਚੋਰੀ ਕੀਤੀ ਸੀਗੀ, ਉਹਨੂੰ ਕੁੱਟਿਆ। ਇਹਨੇ ਰੰਜਿਸ਼ ਆਪਣੇ ਮਨ ਦੇ ਵਿੱਚ ਰੱਖੀ ਅਤੇ ਇੱਕ ਦਿਨ ਇਹ ਤਕਰੀਬਨ ਇਹ 5/7/2017 ਨੂੰ ਇਹਨੇ ਫਿਰ ਰਾਤ ਨੂੰ ਬੂਟਾ ਖਾਨ ਜਦੋਂ ਡਰੰਕ ਸੀਗਾ ਉਹਤੇ ਵੈਪਨ ਨਾਲ ਹਮਲਾ ਕੀਤਾ, ਮਾਰਿਆ। ਉਸ ਤੋਂ ਬਾਅਦ ਇਹਦੀ ਜਿਹੜੀ ਲਾਸ਼ ਹੈ ਗਟਰ 'ਚ ਸੁੱਟਤੀ ਅਤੇ ਇਹਦਾ ਮੋਬਾਈਲ ਫੋਨ, ਪਰਸ ਲੈ ਕੇ ਭੱਜ ਗਿਆ। ਜਿਹੜੀ ਕੁਹਾੜੀ ਸੀਗੀ ਉੱਥੇ ਜਾਖਲ ਰੇਲਵੇ ਸਟੇਸ਼ਨ ਹੈ ਉਹਦੇ ਕੋਲ ਪੇੜ ਦੇ ਨੀਚੇ ਇਹਨੇ ਦਬਾਤੀ। ਸਾਨੂੰ ਵੈਪਨ ਵੀ ਮਿਲ ਗਿਆ। ਇਹਨੂੰ ਫੜ ਕੇ ਜਿਹੜਾ ਮੇਨ ਕੇਸ ਸਾਡਾ ਮਰਡਰ ਕੇਸ ਪੈਂਡਿੰਗ ਸੀਗਾ, ਅਸੀਂ ਪੁਲਿਸ ਬਠਿੰਡਾ ਪੁਲਿਸ ਨੂੰ ਸਫਲਤਾ ਮਿਲੀ ਇਹਨੂੰ ਸੋਲਵ ਕਰਨ 'ਚ। ਇਹ ਹਜੇ ਕਲੀਅਰ ਨਹੀਂ ਹੋਇਆ ਹੈਗਾ। ਮਾਲਕ ਨੇ ਗੱਲ ਸਾਂਝੀ ਕੀਤੀ ਬੂਟਾ ਖਾਨ ਨਾਲ, ਬੂਟਾ ਖਾਨ ਨੇ ਇਹਨੂੰ ਕੁੱਟਿਆ ਹੈਗਾ, ਇਹ ਗੱਲ ਅਸੀਂ ਕਲੀਅਰ ਕਰ ਰਹੇ ਹੈਗੇ ਹਾਂ ਕਿ ਐਕਚੁਅਲ 'ਚ